ਅੱਜ ਆਪਾਂ ਹੋ ਗਏ ਹਾਂ ਵਿਹਲੇ ਅਤੇ ਜਾਲ ਨਾਲ ਜੋੜਨ ਆਪਾਂ ਦਿੱਤੀਆਂ ਲਾਹ ਅਤੇ ਮਸ਼ੀਨ ਖੜ੍ਹਾਤੀ ਆ ਸ਼ੈੱਡ 'ਚ ਅਤੇ ਆਪਾਂ ਦੇਖਦੇ ਹਾਂ ਫਿਰ ਅੱਜ ਟਰੈਕਟਰ ਆਪਣਾ ਤੂੜੀ ਵਾਲੇ ਸੀਜ਼ਨ 'ਤੇ ਕਿੰਨੇ ਘੰਟੇ ਚੱਲ ਜਾਂਦਾ। ਆਪਾਂ ਬਣਾਈਆਂ 372 ਟਰਾਲੀਆਂ ਅਤੇ ਜਿੱਦੇ ਆਪਾਂ ਚਲਾਇਆ ਸੀ ਆਪਣਾ ਟਰੈਕਟਰ 6640 ਘੰਟੇ ਚੱਲਿਆ ਗਿਆ ਸੀ ਅਤੇ ਅੱਜ ਆਪਾਂ ਦੇਣੇ ਆ ਟਰੈਕਟਰ ਕਿੰਨੇ ਘੰਟੇ ਚੱਲ ਗਿਆ ਅਤੇ ਕੰਮ ਆਪਣਾ ਹੋ ਚੁੱਕਿਆ ਸਮਾਪਤ। ਜੇ ਆਪਾਂ ਦੇਖੀਏ ਤਾਂ 669.5 ਜਾਣੀ 660 ਘੰਟੇ ਚੱਲ ਗਿਆ ਟਰੈਕਟਰ ਆਪਣਾ। ਚੱਲ ਚੁੱਕਿਆ ਜੀ 220 ਘੰਟੇ ਤੂੜੀ ਵਾਲੀ ਮਸ਼ੀਨ 'ਤੇ ਅਤੇ 10 ਕੁ ਟਰਾਲੀਆਂ ਆਪਾਂ 10 ਕੁ ਘੰਟੇ ਆਪਣਾ ਵੱਡਾ ਟਰੈਕਟਰ ਚੱਲ ਗਿਆ ਸੀ ਆਪਾਂ ਉਹ ਲਾ ਕੇ ਦੇਖਿਆ ਸੀ ਉਦੋਂ ਅਤੇ 230 ਕੁ ਘੰਟੇ ਟਰੈਕਟਰ ਚੱਲਿਆ ਜੇ ਆਪਾਂ ਦੇਖੀਏ ਤਾਂ ਤੂੜੀ ਵਾਲੇ ਸਾਰੇ ਸੀਜ਼ਨ ਦੇ ਵਿੱਚ ਅਤੇ 372 ਟਰਾਲੀਆਂ ਬਣਾਂਗਾ ਅਤੇ ਇੰਨਾ ਕੁ ਆਪਣਾ ਟਰੈਕਟਰ ਚੱਲਿਆ ਜੀ। ਦੱਸੋ ਫਿਰ ਕਿੱਦਾਂ ਦੀ ਲੱਗੀ ਵੀਡੀਓ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ।